ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਹੁਣ ਅੰਧ ਵਿਸ਼ਵਾਸ ਦਾ ਵੀ ਬੋਲਬਾਲਾ ਹੋਣ ਲੱਗਾ ਹੈ। ਉੜੀਸਾ ਵਿੱਚ ਕੋਰੋਨਾ ਵਾਇਰਸ ਖਤਮ ਕਰਨ ਲਈ ਇੱਕ ਪੁਜਾਰੀ ਵੱਲੋਂ ਮੰਦਿਰ ਵਿੱਚ ਬਲੀ ਦੇਣ ਦਾ ਮਾਮਲਾ ਸੁਰਖੀਆਂ ਵਿੱਚ ਹੈ। ਉੜੀਸਾ ਦੇ ਕਟਕ ਜ਼ਿਲ੍ਹੇ 'ਚ 70 ਸਾਲ ਦੇ ਇੱਕ ਪੁਜਾਰੀ ਨੇ ਮੰਦਿਰ ਵਿੱਚ 52 ਸਾਲ ਦੇ ਇੱਕ ਵਿਅਕਤੀ ਦਾ ਕਤਲ ਕਰਨ ਤੋਂ ਬਾਅਦ ਦਾਅਵਾ ਕੀਤਾ ਕਿ ਉਸਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਖਤਮ ਕਰਨ ਲਈ ਇਨਸਾਨੀ ਬਲੀ ਦਿੱਤੀ ਹੈ। ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਸੰਸਾਰ ਓਝਾ ਨੇ ਪੁਲਿਸ ਸਾਹਮਣੇ ਆਤਮ ਸਮਰਪਣ ਕਰਕੇ ਕਤਲ ਦੀ ਗੱਲ ਕਬੂਲੀ ਹੈ। ਅਥਾਗੜ੍ਹ ਪੁਲਿਸ ਦੇ ਸਬ ਡਿਵੀਜ਼ਨਲ ਆਲੋਕ ਰੰਜਨ ਰਾਏ ਨੇ ਕਿਹਾ ਕਿ ਓਝਾ ਨੇ ਦਾਅਵਾ ਕੀਤਾ ਹੈ ਕਿ ਦੇਵੀ ਨੇ ਉਸਦੇ ਸੁਪਨੇ 'ਚ ਆ ਕੇ ਕਿਹਾ ਕਿ ਕੋਰੋਨਾ ਕੌਮਾਂਤਰੀ ਮਹਾਂਮਾਰੀ ਦੇ ਅੰਤ ਲਈ ਇੱਕ ਇਨਸਾਨ ਦੀ ਬਲੀ ਦੇਣੀ ਹੋਵੇਗੀ। ਘਟਨਾ ਨਰਸਿੰਘਪੁਰ ਥਾਣਾ ਖੇਤਰ ਦੇ ਬਾਹੁੜਾ ਪਿੰਡ ਦੇ ਬ੍ਰਾਹਮਣੀ ਦੇਵੀ ਦੇ ਮੰਦਿਰ 'ਚ ਬੁੱਧਵਾਰ ਰਾਤ ਨੂੰ ਵਾਪਰੀ। ਮ੍ਰਿਤਕ ਦੀ ਪਹਿਚਾਣ 52 ਸਾਲਾਂ ਦੇ ਸਰੋਜ ਕੁਮਾਰ ਪ੍ਰਧਾਨ ਵਜੋਂ ਹੋਈ ਹੈ। ਹਾਲਾਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਓਝਾ ਦਾ ਲੰਬੇ ਸਮੇਂ ਤੋਂ ਪਿੰਡ 'ਚ ਅੰਬਾਂ ਦੇ ਇੱਕ ਬਾਗ ਨੂੰ ਲੈ ਕੇ ਪ੍ਰਧਾਨ ਨਾਲ ਵਿਵਾਦ ਚੱਲ ਰਿਹਾ ਸੀ। ਪੁਲਿਸ ਮੁਲਜ਼ਮ ਦੇ ਦਾਅਵਿਆਂ ਨੂੰ ਨਹੀਂ ਮੰਨ ਰਹੀ। ਉਸਨੇ ਕਤਲ ਲਈ ਇਸਤੇਮਾਲ ਕੀਤੀ ਕੁਹਾੜੀ ਨੂੰ ਵੀ ਜ਼ਬਤ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।